ਖਬਰ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪਿੰਡ ਟੇਕਰੀਆਣਾ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਜਦੋਂ ਵਿਦੇਸ਼ਾਂ ਤੋਂ ਫੋਨ ਆਉਂਦਾ ਹੈ ਕਿ ਉਹਨਾਂ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਅਮਰੀਕਾ ਗਿਆ ਸੀ ਇੱਕ ਨੌਜਵਾਨ ਜਿਸ ਦੀ ਪਹਿਚਾਣ ਮਨਪ੍ਰੀਤ ਵਜੋਂ ਹੋਈ ਹੈ। ਅਮਰੀਕਾ ਗਈ ਨੂੰ 6 ਸਾਲ ਹੋ ਗਏ ਸਨ ਅਤੇ ਉੱਥੇ ਆਪਣਾ ਵਧੀਆ ਕੰਮ ਕਾਰ ਚੱਲਦਾ ਸੀ ਉਸਦਾ, ਅਤੇ ਇੱਕੋ ਦਮ ਜਦੋਂ ਖਬਰ ਆਉਂਦੀ ਹੈ ਘਰ ਤਾਂ ਘਰ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ। ਦੋਸਤ ਦੱਸਦਾ ਹੈ ਫੋਨ ਲਗਾ ਕੇ ਕਿ ਉਹ ਸਮੁੰਦਰ 'ਤੇ ਨਹਾਉਣ ਗਏ ਸਨ ਤਾਂ ਅਚਾਨਕ ਪਾਣੀ ਦੇ ਵਿੱਚ ਡੁੱਬਣ ਦੇ ਕਾਰਨ ਮਨਪ੍ਰੀਤ ਦੀ ਮੌਤ ਹੋ ਗਈ ਹੈ। ਇਸ ਖਬਰ ਨੂੰ ਸੁਣ ਕੇ ਪਰਿਵਾਰ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ, ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ। ਤਾਂ ਦੱਸ ਦਈਏ ਕਿ ਦਸੂਹਾ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਪਹਿਲਾਂ ਵੀ ਕੁਝ ਦਿਨ ਪਹਿਲਾਂ ਅਮਰੀਕਾ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ, ਤਾਂ ਹੁਣ ਇਹ ਤੀਜੀ ਮੌਤ ਹੈ ਜਿਹੜੀ ਪਿੰਡ ਦੇ ਵਿੱਚ ਹੋਈ ਹੈ। ਤਾਂ ਦੱਸ ਦਈਏ ਕਿ ਇਸ ਖਬਰ ਤੋਂ ਬਾਅਦ ਘਰ ਦੇ ਨਾਲ ਨਾਲ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਤਾਂ ਇਸ ਮੌਕੇ ਪਰਿਵਾਰਕ ਮੈਂਬਰਾਂ ਨੂੰ ਜਦੋਂ ਘਟਨਾ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਕੀ ਦੱਸਦੇ ਹਨ, ਆਓ ਤੁਹਾਨੂੰ ਸੁਣਾਉਂਦੇ ਹਾਂ। ਤੁਹਾਡਾ ਬੇਟੇ ਨਾਲ ਆਖਰੀ ਵਾਰ ਤੁਹਾਡੀ ਕੀ ਗੱਲਬਾਤ ਹੋਈ ਸੀ? ਪਰਸੋਂ ਹੋਈ, ਕਹਿੰਦਾ ਮੰਮੀ ਮੈਂ ਰੈਸਟੋਰੈਂਟ ਚਲਾ ਕੇ ਆ, ਮੈਂ ਕੱਲ੍ਹ ਨੂੰ ਫੋਨ ਕਰੂੰਗਾ, ਹੁਣ ਮੈਂ ਬੀਜੀ ਹੈ, ਕੱਲ੍ਹ ਨਹੀਂ ਮੇਰੇ ਨਾਲ ਗੱਲ ਹੋਈ, ਪਰਸੋਂ ਹੋਈ 11:30 ਵਜੇ ਗੱਲ। ਉਹ ਤੋਂ ਬਾਅਦ ਕੱਲ੍ਹ ਨਹੀਂ ਫੋਨ ਆਇਆ, ਰਾਤ ਪਤਾ ਲੱਗ ਗਿਆ ਵੀ ਇਹ ਗੱਲ ਹੋ ਗਈ ਹੈ, ਮਤਲਬ ਆਹ ਕੋਈ ਕੇਸ ਹੋ ਗਿਆ ਇਹਦਾ। ਤਾਂ ਅੱਜ ਮੁੜ ਕੇ ਮੈਨੂੰ ਇਹੋ, ਮੈਂ ਕੇਂਦਰ ਸਰਕਾਰ ਤੋਂ ਕਹਿੰਦੀ ਮੇਰੇ ਪੁੱਤ ਦੀ ਡੈਡ ਬੋਡੀ ਇੱਥੇ ਲਿਆ ਦਿਉ, ਮੈਂ ਆਪਣੇ ਪੁੱਤ ਦਾ ਮੂੰਹ ਦੇਖ ਲਾਂ, ਉਹ ਮੇਰਾ ਪੁੱਤ ਨਹੀਂ ਲੱਭਣਾ। ਇਕਲੌਤਾ ਬੇਟਾ ਸੀ ਤੁਹਾਡਾ? ਹਾਂਜੀ, ਇਕਲੌਤਾ ਬੇਟਾ ਸੀ ਮੇਰਾ। ਕਿੰਨੇ ਸਾਲ ਤੋਂ ਹੀ ਬਾਹਰ ਰਹੇ? ਬਾਹਰ ਹੋ ਗਏ 4-5 ਸਾਲ ਹੋ ਗਏ ਗਏ ਨੂੰ। ਬੇਟੇ ਦੀ ਕਿੰਨੀ ਉਮਰ? 23 ਸਾਲ ਉਮਰ ਸੀ, 22 ਸਾਲ ਉਮਰ। ਬਲਜੀਤ ਸਿੰਘ ਜੀ, ਤੁਹਾਡੇ ਬੇਟੇ ਮਨਪ੍ਰੀਤ ਨੂੰ ਕਿੰਨਾ ਸਮਾਂ ਹੋ ਗਿਆ ਸੀ ਅਮਰੀਕਾ ਗਏ ਨੂੰ, ਕਿਸ ਤਰ੍ਹਾਂ ਉਹਦੀ ਹਾਦਸੇ 'ਚ ਮੌਤ ਹੋਈ? ਦੇਖੋ ਜੀ, ਉਹਨੂੰ ਗਏ ਨੂੰ 2019 ਦਾ ਗਿਆ ਸੀਗਾ ਜੀ, ਅਤੇ 22 ਸਾਲ ਉਹਦੀ ਉਮਰ ਹੋ ਗਈ। ਤੁਹਾਨੂੰ ਕਦੋਂ ਪਤਾ ਲੱਗਦਾ ਕਿ ਬੇਟੇ ਨੇ ਇਸ ਤਰ੍ਹਾਂ ਹਾਦਸਾ ਵਾਪਰਿਆ? ਸਾਨੂੰ ਰਾਤ 11 ਵਜੇ ਪਤਾ ਲੱਗਾ ਜੀ। ਕੀ ਕਾਰਨ ਕੀ ਸੀਗਾ, ਕਿਸ ਤਰ੍ਹਾਂ ਹੋਈ ਮੌਤ? ਇਹ ਦੇਖੋ ਜੀ, ਰੈਸਟੋਰੈਂਟ 'ਚੋਂ ਕੰਮ ਤੋਂ ਆਏ ਸੀਗੇ, ਇੱਕ ਮੁੰਡਾ ਹੋਰ ਸੀ ਨਾਲ, ਅਤੇ ਨਹਾਉਣ ਗਏ ਸੀਗੇ, ਅਤੇ ਉਹ ਦੂਸਰੇ ਮੁੰਡੇ ਦਾ ਫੋਨ ਆ ਗਿਆ, ਅਤੇ ਉਹ ਫੋਨ ਕਰਨਾ ਪਿਆ, ਇਹਨੇ ਪਾਣੀ 'ਚ ਛਾਲ ਮਾਰਤੀ, ਪਾਣੀ ਡੂੰਘਾ ਸੀਗਾ, ਅਤੇ ਉਹ ਉਦੋਂ ਮੁੰਡੇ ਨੇ ਦੂਜੇ ਨੇ ਕੋਸ਼ਿਸ਼ ਕੀਤੀ ਕੱਢਣ ਦੀ, ਪਰ ਉਹਦੇ ਕੋਲ ਨਿਕਲਿਆ ਨਹੀਂ, ਅਤੇ ਫਿਰ ਮਤਲਬ ਉਹਨੂੰ ਪੁਲਿਸ ਵਾਲੇ ਬੁਲਾਏ, ਪੁਲਿਸ ਵਾਲੇ ਬੁਲਾ ਕੇ ਅਤੇ ਫਿਰ ਮਤਲਬ ਪੁਲਿਸ ਵਾਲਿਆਂ ਨੇ ਕੱਢਿਆ। ਤੁਹਾਨੂੰ ਰਾਤ ਪਤਾ ਲੱਗਾ? ਹਾਂਜੀ, ਰਾਤ ਪਤਾ ਲੱਗਾ। ਲਾਸਟ ਦੀ ਪਰਸੋਂ ਹੋਈ ਰਾਤ ਨੂੰ 11 ਵਜੇ, 11 ਵਜੇ ਡੇਲੀ ਫੋਨ ਆਉਂਦਾ ਸੀ ਰਾਤ ਨੂੰ। ਕੀ ਕਹਿੰਦਾ ਸੀ? ਮਤਲਬ ਠੀਕ ਠਾਕ ਕੰਮ 'ਤੇ ਜਾਂਦਾ, ਠੀਕ ਠਾਕ ਮਤਲਬ ਕੋਈ ਪ੍ਰੋਬਲਮ ਨਹੀਂ ਹੈਗੀ, ਅਤੇ ਰੈਸਟੋਰੈਂਟ 'ਚ ਕੰਮ ਜਾਂਦਾ ਸੀ। ਹਾਂਜੀ, ਲੋਤਾ ਬੇਟਾ ਸੀ। ਹਾਂਜੀ, ਲੋਕਾਂ ਨੂੰ। ਚੜ੍ਹਦੀ ਕਲਾ ਟਾਈਮ ਟੀਵੀ ਲਈ ਦਸੂਹਾ ਤੋਂ ਅਰਜੁਨ ਜੈਨ ਦੀ ਰਿਪੋਰਟ।